ਦੰਮਾ ਤਾਂ ਕਾਲਾ ਕਰਦਾ ਕਿੱਥੇ ਬਿਠਾਲਦਾ ਹੈ ਇਹਨੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੈਸ ਕਰੋ ਕਿੱਥੇ ਜਾ ਰਹੇ ਹਾਂ 33,000 ਦੀ ਟਿਕਟ ਹੋਈ ਹੈ ਆ ਦੇਖੋ ਜੀ ਚੱਕ ਫੋਸ ਚੱਕ ਹੋਏ ਹਾਂ 33,261 ਰੁਪਏ ਦੀ ਟਿਕਟ ਹੋਈ ਹੈ ਕਿਹੜੀ ਏਅਰਲਾਈਨ ਉਹ ਤੁਹਾਨੂੰ ਦਿਖਾ ਦਿੰਦਾ ਕੋਈ ਪੂਰੀ ਚੀਜ਼ਾਂ ਦਿਖਾ ਨਹੀਂ ਸਕਦਾ ਵਿੱਚ ਏਅਰ ਇੰਡੀਆ ਠੀਕ ਹੈ ਏਅਰ ਇੰਡੀਆ ਦੀ ਏਅਰਲਾਈਨ ਅਤੇ ਗੈਸ ਕਰੋ ਕਿੱਥੇ ਜਾ ਰਹੇ ਹਾਂ ਹੁਣ ਗੱਡੀ ਦਾ ਥੋੜ੍ਹਾ ਜਿਹਾ ਕੰਮ ਕਰਾਉਣਾ ਅੱਜ ਸ਼ਾਇਦ ਆ ਗਏ ਹੁਣ ਜਿਹੜੇ ਗੱਡੀ ਜੇ ਤੁਸੀਂ ਪਿਛਲੀ ਵੀਡੀਓ ਦੇਖੇ ਹੋ ਨਾ ਉਹਦੇ 'ਚ ਔਡਰ ਕੀਤੇ ਹੋਏ ਸੀ ਗੱਡੀ ਦੇ ਬੈਂਪਰ ਅਗਲਾ ਪਿਛਲਾ ਪਾਉਣਾ ਉਹ ਬਹੁਤ ਡਲਕੂ ਡਲਕੂ ਜੇ ਕਰਦੇ ਵੀ ਹਿੱਲਦੇ ਬਹੁਤ ਵੀ ਕਦੇ ਵੀ ਟੁੱਟ ਕੇ ਥੱਲੇ ਗਿਰ ਸਕਦੇ ਹੁਣ ਜਿਹੜੇ ਲੋਕ ਆ ਨਾ ਵਿੱਚ ਤਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਆਹ ਲੋਕ ਆ ਨਾ ਆਹ ਦੇਖੋ ਹਿੱਲਦੇ ਪਾਸੇ ਦੇਸੀ ਜਗਾੜ ਨਾਲ ਬੰਨੇ ਹੋਏ ਆ ਤਾਰਾਂ ਤੂਰਾਂ ਜੀ ਪਾ ਕੇ ਇੱਥੇ ਤੇ ਆਹ ਵੀ ਕਦੇ ਵੀ ਖੁੱਲ੍ਹ ਕੇ ਗਿਰ ਸਕਦੇ ਇਹ ਆਪਾਂ ਨੇ ਚੇਂਜ ਕਰਾ ਦੇਣੇ ਇਹਦੇ ਕੱਲ੍ਹ ਮਹਿਕ ਨੇ ਸਾਈਕਲ ਦਾ ਵੀ ਕੰਮ ਕਰਤਾ ਅਤੇ ਆਹ ਦੇਖੋ ਚੈਨ ਦਾ ਨਾ ਕੋਈ ਵਿੱਚ ਤਾਂ ਟੁੱਟ ਗਿਆ ਇਹਦੇ ਵਿੱਚ ਤਾਂ ਜਿਹੜੀ ਆਹ ਤਾਰਾਂ ਤੂਰੇ ਜੀ ਆਹ ਮੈਂ ਕਹਿੰਦਾ ਹੱਥ ਕਾਲੇ ਕਰਨੇ ਹੁਣ ਆਹ ਕੋਈ ਖੁੱਲ੍ਹ ਗਿਆ ਇਹਦੇ ਵਿੱਚ ਤਾਂ ਇਹ ਹੱਥ ਕਾਲੇ ਹੋ ਗਏ ਅੱਗੇ ਸਭ ਥੋੜ੍ਹੇ ਥੋੜ੍ਹੇ ਇਹਨੂੰ ਕਰਦੇ ਹਾਂ ਸਾਈਡ 'ਤੇ ਗੱਡੀ ਕਰਦਾ ਮੈਂ ਸਟਾਰਟ ਪਹਿਲਾਂ ਮੜੀ ਹੈ ਨਾ ਬਹੁਤ ਚੀਜ਼ਾਂ ਖਰਾਬ ਹੋਈਆਂ ਹੋਈਆਂ ਇੱਕ ਆਹ ਦੇਖੋ ਆਹ ਵੀ ਇੱਥੇ ਦੇ ਨਹੀਂ ਵੀ ਪੈਣਾ ਨਵਾਂ ਚੀਜ਼ ਗੇਅਰ 'ਚ ਤਾਂ ਨਹੀਂ ਨਹੀਂ ਹੁਣ ਫਿਰ ਗੈਸ ਕਰੋ ਮੇਰੇ ਨਾਲ ਕੌਣ ਹੈ ਗੈਸ ਕਰੋ ਪਰ ਇਹ ਤਾਂ ਮੈਂ ਚੀਜ਼ ਦਿਖਾ ਸਕਦਾ ਇਹ ਤਾਂ ਗੈਸ ਕਰਨ ਦੀ ਲੋੜ ਹੀ ਨਹੀਂ ਹੈਗੀ ਗੈਸ ਕਰ ਲਿਆ ਮਨਾਂ 'ਚ ਸੋਚ ਲਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨਿਰਮਲ ਸਿੰਘ ਅੱਜ ਵੈਸੇ ਪਰਨੇ ਇੱਕੋ ਜਿਹੇ ਬੰਨ ਲਿਆ ਆਪਾਂ ਨੇ ਚਲੋ ਵੈਸੇ ਅੱਜ ਮੈਂ ਤੈਨੂੰ ਲੈ ਕੇ ਨਹੀਂ ਆਉਣਾ ਹੈਗਾ ਮੇਰਾ ਹੈਗਾ ਤਾਂ ਕੱਲ੍ਹ ਦਾ ਪਲੈਨ ਵੀ ਕੱਲ੍ਹ ਨੂੰ ਆਪਾਂ ਨੇ ਉੱਧਰ ਜਾਣਾ ਉਹ ਵੀ ਨਹੀਂ ਦੱਸ ਸਕਦੇ ਹੈ ਵੀ ਗੱਲਾਂ ਬਹੁਤ ਸੀਕਰਟ ਹੋ ਜਾਂਦੀਆਂ ਪ੍ਰਾਈਵੇਟ ਗੱਲ ਪ੍ਰਾਈਵੇਟ ਗੱਲਾਂ ਹੋ ਜਾਂਦੀਆਂ ਆਹ ਜੇ ਕੰਮ ਇਹਨੂੰ ਬੰਦੇ ਨੂੰ ਪੁੱਛਦੇ ਪਹਿਲਾਂ ਵੀ ਐਂ ਤਾਂ ਐਂ ਹੋ ਸਕਦਾ ਪਿੱਛੇ ਏਜੰਸੀ ਆ ਅਤੇ ਏਜੰਸੀ ਤੋਂ ਅਸੀਂ ਬਾਹਰ ਆ ਰਹੇ ਹਾਂ ਉਹ ਪਿੱਛੇ ਅਤੇ ਕਹਿ ਰਹੇ ਸੀ 10 ਦਿਨ ਮੰਨ ਕੇ ਚੱਲੋ ਪਹਿਲਾਂ ਬੰਦਾ ਉਹ ਆਊਗਾ ਫਿਰ ਐਂ ਹੋਊਗਾ ਫਿਰ ਉਹ ਹੋਊਗਾ ਫਿਰ ਸਾਨੂੰ ਗੱਡੀ ਚਾਹੀਦੀ 8 ਤਰੀਕ ਨੂੰ ਸਾਨੂੰ ਵੀ ਚਾਹੀਦੀ ਹੈ ਫਿਰ ਮੈਂ ਕਿਹਾ ਮੈਂ 14 ਤਰੀਕ ਤੱਕ ਵਿਹਲਾ ਹੋ ਜਾਣਾ ਫਿਰ ਤੁਹਾਡੇ ਕੋਲ ਗੱਡੀ ਖੜਾ ਦੂੰਗੇ ਸਾਡੀ ਟੀਮ ਦਾ ਮੈਚ ਚੱਲਦਾ ਅੱਜ ਸੈਮੀਫਾਈਨਲ ਹੈ ਅਤੇ ਜਦੋਂ ਮੈਚ ਚੱਲਦਾ ਮੈਂ ਤਾਂ ਜ਼ਰੂਰ ਦੇਖਣ ਆਉਂਦਾ ਹੁੰਦਾ ਕਿਆ ਕਹਿੰਦੇ ਹੌਸਲਾ ਜੀ ਵੱਧ ਜਾਂਦਾ ਜਦੋਂ ਆਪਣੇ ਬੰਦੇ ਇਕੱਠੇ ਹੋ ਜਾਂਦੇ ਆਪਣਾ ਇੱਕ ਸਾਈਡ ਤੋਂ ਰੌਲਾ ਜਿਹਾ ਪਾਉਂਦਾ ਲੋਕ ਤਾੜੀ 'ਚ ਮਾਰਦੇ ਹੌਸਲਾ ਜੀ ਬਣ ਜਾਂਦਾ ਭਾਵੇਂ ਜਿੱਤੇ ਭਾਵੇਂ ਹਾਰੇ ਪਰ ਇੱਕ ਹੌਸਲਾ ਜਿਹਾ ਹੋ ਜਾਂਦਾ ਵੀ ਸਾਨੂੰ ਕੁਝ ਦੇਖਣਾ ਇਹ ਬੰਦੇ ਅਤੇ ਕੱਲ੍ਹ ਬਹੁਤ ਟੈਲੀਫੋਨ ਵੀ ਆਏ ਮੈਸੇਜ ਵੀ ਆਏ ਅਤੇ ਨਿੰਮੇ ਅਮਨੇ ਉਹਨੂੰ ਵੀ ਮੋਟਰ ਪਰ ਕਰ ਰਹੇ ਤੇ ਅਤੇ ਮੈਂ ਜਿਹੜਾ ਉਹਨੂੰ ਜਿਹੜਾ ਟੈਲੀਫੋਨ ਮੈਂ ਗੱਲ ਕਰਨਾ ਚਾਹੁੰਦਾ ਮੈਂ ਦੇਖੋ ਇੱਕ ਵਾਰੀ ਕੀ ਹੋਇਆ ਜੰਗਲ ਦੇ ਵਿੱਚ ਸ਼ੇਰ ਅਤੇ ਕੁੱਤਿਆਂ ਦਾ ਰੇਸ ਲਾਉਣੀ ਚਾਹੀਦੀ ਵੀ ਕਹਿੰਦੇ ਵੀ ਕੁੱਤੇ ਔਰ ਸ਼ੇਰ ਦਾ ਮੁਕਾਬਲਾ ਕਰਾਈਏ ਇੱਕ ਸ਼ੇਰ ਅਤੇ ਇੱਕ ਕੁੱਤੇ ਵੀ ਮੁਕਾਬਲਾ ਕਰਾਈਏ ਇਹਨਾਂ ਦਾ ਆਪਸ ਵਿੱਚ ਚਲੋ ਕਹਿੰਦੇ ਰੇਸ ਲਾਉਂਦੇ ਵੀ ਕਿਹੜਾ ਅੱਗੇ ਜਾਊਗਾ ਠੀਕ ਹੈ ਅਤੇ ਭਾਈ ਸ਼ੇਰ ਵੀ ਲਾਈਨ 'ਚ ਖੜ ਕੇ ਜਾ ਕੇ ਕੁੱਤੇ ਵੀ ਲੱਗ ਗਏ ਲਾਈਨ ਦੇ ਵਿੱਚ ਜਿੱਦਾਂ ਉਹ 1-2-3 ਕਹਿੰਦੇ ਆ ਨਾ 1-2-3 ਕਿਹਾ ਕੁੱਤੇ ਪੂਰੇ ਜੋਸ਼ ਨਾਲ ਭੱਜੇ ਵੀ ਅਸੀਂ ਸ਼ੇਰ ਦੇ ਅੱਗੇ ਲੰਘ ਜਾਣਾ ਤੇ ਜਿਹੜਾ ਸ਼ੇਰ ਹੈ ਉੱਥੇ ਹੀ ਬੈਠਾ ਰਿਹਾ ਜਿਹੜੇ ਹੋਰ ਬੰਦੇ ਹੁਣ ਮਹਾਤੜ ਸਾਥੀ ਜਿਹੜੇ ਦੇਖਣਗੇ ਉਹ ਤੇ ਕਹਿੰਦੇ ਰਾਜਾ ਜੀ ਜੰਗਲ ਦੇ ਰਾਜਾ ਜੀ ਤੁਸੀਂ ਕਹਿੰਦੇ ਨਹੀਂ ਭੱਜੇ ਕਹਿੰਦਾ ਮੇਰਾ ਕੁੱਤੇ ਨਾਲ ਕਾਹਦਾ ਮੁਕਾਬਲਾ ਮੇਰੇ ਬਾਅਦ ਕਹਿੰਦਾ ਸ਼ੇਰ ਚਾਹੀਦਾ ਸ਼ੇਰ ਸਮਝਿਆ ਉਹ ਮੇਰਾ ਕੁੱਤਿਆਂ ਨਾਲ ਕਾਹਦਾ ਮੁਕਾਬਲਾ ਇਹ ਤਾਂ ਹੈ ਬਾਈ ਠੀਕ ਹੈ
ਤੇ ਆਪਾਂ ਜੇ ਕੁੱਤੇ ਦੇ ਨਾ ਕੁੱਤਾ ਭੌਂਕਦਾ ਹੁੰਦਾ ਜਦੋਂ ਆਪਾਂ ਡਾਂਗ ਮਾਰਦੇ ਕੁੱਤਾ ਹੋਰ ਜਵਿਆੜੇ ਜਿਹਾ ਕੱਢਦਾ ਕਹਿੰਦੇ ਹੁੰਦੇ ਨਾ ਇੱਕ ਚੁੱਪ ਤੇ 100 ਸੁੱਖ ਸਮਝ ਗਿਆ ਇੱਕ ਚੁੱਪ 100 ਸੁੱਖ ਫਿਰ ਬੰਦੇ ਨਾ ਜ਼ਿਆਦਾ ਭੜਕਦੇ ਆ ਉਹ ਜ਼ਿਆਦਾ ਭੌਂਕਦੇ ਫਿਰ ਇਹਦੇ ਨਾਲ ਯਾਰ ਸਾਡੇ ਨਾਲ ਕਾਹਦਾ ਮੁਕਾਬਲਾ ਯਾਰ ਉਹੀ ਤਾਂ ਗੱਲ ਆ ਬਾਈ ਠੀਕ ਹੈ ਪਹਿਲਾਂ ਨਿਕਲ ਤਾਂ ਲਹੋ ਠੀਕ ਹੈ ਮਾਂ ਭੈਣ ਦੇ ਗਾਲਾਂ ਕੱਢ ਕੇ ਕਿਹੜੇ ਸ਼ੇਰ ਬਣ ਜਾਂਦੇ ਯਾਰ ਉਹੀ ਤਾਂ ਗੱਲ ਹੈ ਠੀਕ ਹੈ ਕਿਆ ਇਹਦੇ ਵਿੱਚ ਕਿਹੜੀ ਬਹਾਦਰੀ ਹੈ ਯਾਰ ਚੱਲ ਆਪਾਂ ਮੈਚ ਜਾ ਕੇ ਦੇਖਦੇ ਹਾਂ ਆਪਾਂ ਮੰਜਾਂ ਨੂੰ ਵੈਸਟ ਆਫ ਲਾ ਕਹਿੰਦੇ ਹਾਂ ਠੀਕ ਹੈ ਉਹਨਾਂ ਨੂੰ ਵੀ ਦਿਖਾਉਂਦੇ ਹਾਂ ਕਿ ਜਿਹੜੇ ਮੇਰੇ ਪਿਆਰ ਕਰਨੇ ਆ ਨਾ ਇੰਨੇ ਬਹੁਤ ਤੱਤੇ ਹੋਏ ਹੋਏ ਆ ਠੀਕ ਹੈ ਉਹ ਕਹਿੰਦੇ ਕਦੇ ਮਿਲ ਜਾਵੇ ਮੇਰੇ ਤੈਨੂੰ ਤਾਂ ਆਉਣ ਦੀ ਲੋੜ ਹੀ ਨਹੀਂ ਪੈਣੀ ਹੈਗੀ ਬਸ ਬਸ ਬਚ ਕੇ ਰਹੋ ਵੀਰਾ ਵੀਰ ਹਨਾ ਜਿਹੜੇ ਪਿਆਰ ਕਰਨ ਵਾਲੇ ਆਪੇ ਸੌਦਾ ਲਾ ਦੇਣਾ ਉਹਨਾਂ ਨੇ ਲਾ ਦੇਣਾ ਭਾਈ ਆਪੇ ਸੌਦਾ ਲਾ ਦੇਣਾ ਉਹਨਾਂ ਨੇ ਅਸੀਂ ਲਾਈ ਸੀ ਉਰੇ ਸਾਡਾ ਮੈਚ ਹੋਇਆ ਸੀ 18 ਓਵਰ ਕਰਵਾ ਕੇ ਆ ਰਹੇ ਨੇ ਸਪਿਨਰ ਥੋੜੀ ਚਾਹੀਦੇ ਨੇ ਓਵਰ ਡਾਕਟਰ ਕਹਿ ਰਿਹਾ ਵੀ ਬਹੁਤ ਉਹ ਚੱਲ ਰਿਹਾ ਵੀ ਸਾਡੀ ਟੀਮ ਬਹੁਤ ਘੱਟ ਚੱਲ ਰਹੀ ਹੈ ਪਰ ਹੁਣ ਅਸੀਂ ਆ ਗਏ ਦੇਖਿਆ ਅੱਲਾ ਘੱਟ ਚ ਨਹੀਂ ਚੱਲਦੀ ਇਹ ਥੋੜਾ ਜਿਹਾ ਉਹ ਖੇਲ ਗਏ ਹੁਣ ਆਊਟ ਹੋ ਜਾਣਾ ਦੇਖੀ ਬੰਦਾ ਇਹ ਆ ਬਾਲ ਪਰ ਆਊਟ ਹੈ ਇਹ ਆਊਟ ਹੈ ਬਾਲ ਪਰ ਉਹ ਤੇਰੀ ਛੱਕਾ ਉਹਨੇ ਛੱਕਾ ਲਾਤਾ ਮੈਂ ਨਾ ਕੁਝ ਇਦਾਂ ਦੀ ਚੀਜ਼ ਬਣਾਉਣਾ ਚਾਹੁੰਦਾ ਮੋਟਰ ਪਰ ਜਿੱਦਾਂ ਸਾਹਮਣੇ ਆ ਬਣੇ ਹੋਣਾ ਜਿੱਦਾਂ ਆਹ ਥੱਲੇ ਨੂੰ ਲਾਈਟਾਂ ਜੀ ਲਾਈਆਂ ਹੋਰ ਨੇੜੇ ਤਰ੍ਹਾਂ ਵੈਸੇ ਬਹੁਤ ਦੂਰ ਪੜਿਆ ਹੋਇਆ ਮੈਂ ਤਾਂ ਲਵਲੀ ਜਾ ਰਿਹਾ ਇੱਦਾਂ ਦੀਆਂ ਆਹ ਚੀਜ਼ ਬਣਾਉਣ ਫਿਰਦਾ ਹੁਣ ਮੈਂ ਹੈ ਤੰਨੇ ਹੈਰ ਚੀਜ਼ ਕਿਹੜੀ ਜਾਲੀਆਂ ਜੀ ਹਾਂ ਜਾਲੀ ਜੇ ਲਾ ਕੇ ਨਾ ਉੱਪਰ 'ਤੇ ਮੈਂ ਕੈਮਰਾ ਜ਼ੂਮ ਕਰਾਇਆ ਤਾ ਬਹੁਤ ਦੂਰ ਇੱਥੇ ਅਸੀਂ ਜਿੱਥੇ ਬੈਠੇ ਹਾਂ ਆ ਦੇਖੋ ਕਿੰਨੀ ਦੂਰ ਹੈ ਇੱਥੇ ਤੱਕ ਤਾਂ ਜ਼ੂਮ ਮਾਰਦਾ ਕੈਮਰਾ ਸਾਡਾ ਬਹੁਤ ਤਕੜਾ ਕੈਮਰਾ ਸਾਡਾ ਇੱਥੇ ਤਨਵੀਰ ਸਿੰਘ ਤੰਨਾ ਜੀ ਆ ਗਏ ਨੇ ਪਹਿਲੀ ਫੋਨ ਆ ਗਿਆ ਅੱਜ ਨਿੰਮੇ ਨੇ ਬੜੀ ਫੁਰਤੀ ਮਾਰੀ ਅੱਜ ਜਾਣਾ ਤੇ ਚੰਡੀਗੜ੍ਹ ਤਾਂ ਹਾਂ ਆ ਗਿਆ ਬਾਈ ਆ ਗਿਆ ਆ ਗਿਆ ਮਿਲ ਲਾ ਬਾਈ ਪਰਸਨਲੀ ਤੌਰ ਤੇ ਬਾਈ ਪਰਸਨਲੀ ਅੱਜ ਬੰਦੇ ਨੂੰ ਪਹਿਲੀ ਵਾਰ ਮਿਲਿਆ ਨਹੀਂ ਉਹ ਤਾਂ ਬਹੁਤ ਦੇਖਿਆ ਬਾਈ ਚਾਰ ਪੰਜ ਨਿੰਮਾ ਹੀ ਨਿੰਮਾ ਹੋਈ ਬਈ ਸਾਡੇ ਪਿੰਡ ਦੇ ਬਾਈ ਨੂੰ ਸਾਰੇ ਜਾਣਦੇ ਆ ਹਾਂ ਅੱਛਾ ਇੱਧਰ ਸਾਹਮਣੇ ਮੈਚ ਚੱਲਦਾ ਉਹ ਦੇਖੋ ਉੱਧਰ ਕੀ ਹੋ ਰਿਹਾ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਨ ਲੱਗਾ ਫੋਨ ਪਰ ਹੁਣ ਕੀ ਕਰਨ ਲੱਗਿਆ ਦੋ ਵਿਕਟਾਂ ਹੋਈਆਂ ਫੋਟੋ ਖਿੱਚਣੇ ਨੂੰ ਹਾਂ ਉਹਨੂੰ ਕੋਈ ਮਤਲਬ ਨਹੀਂ ਕੋਈ ਜਿੱਤੇ ਕੋਈ ਹਾਰੇ ਇੱਧਰ ਸਾਡਾ ਜ਼ੋਰ ਲੱਗਿਆ ਹੋਇਆ ਓਏ ਸ਼ਾਰਟ ਆ ਯਾਰ ਮੁੰਡੇ ਦਾ ਓਏ ਸ਼ਾਰਟ ਦਾ ਯਾਰ ਇਨਿੰਗ ਬ੍ਰੇਕ ਹੋ ਗਿਆ ਅਤੇ ਮੈਂ ਕਿਹਾ ਕੁਛ ਖਾ ਪੀ ਲਈਏ ਪਰੌਂਠੇ ਖਾਣ ਲੱਗੇ ਇਹ ਆ ਗਏ ਗਿੱਲੇ ਵੀ ਘੀ ਲੱਗਿਆ ਹੋਇਆ ਉੱਪਰ ਜਿਹੜਾ ਹੁਣ ਮੈਨੂੰ ਹੋਊਗਾ ਸੁੱਕਾ ਮੈਂ ਕਿਹਾ ਸੁੱਕਾ ਪਰੌਂਠਾ ਲਿਆ ਇਹ ਖਾਂਦੇ ਵੀ ਗਿੱਲੇ ਆਹ ਚਟਨੀ ਬਹੁਤ ਸਵਾਦ ਆ ਬਾਈ ਇਹਨਾਂ ਦੀ ਹੈ ਨਾ ਆਹ ਜਿਹੜੀ ਚਟਨੀ ਹੈ ਨਾ ਇੱਕ ਨੰਬਰ ਬਾਈ ਖਾ ਕੇ ਮਜ਼ਾ ਆ ਜਾਂਦਾ ਮਜ਼ਾ ਹੀ ਲੈਣਾ ਹਾਂ ਆਪਾਂ ਕਰਨ ਕੇ ਆਏ ਹਾਂ ਇੱਥੇ ਸਵਾਦ ਲੈਣ ਆਏ ਹੋਏ ਹਾਂ ਮਜ਼ਾ ਹੀ ਲੈਣ ਆਏ ਹੋਏ ਹਾਂ ਨਜ਼ਾਰੇ ਲੱਗੇ ਪਏ ਪੀਲਾਂ ਹੋਈਆਂ ਉਹ ਸਾਰਾ ਰਣਨੀਤੀ ਦੀ ਉਹ ਰਣਨੀਤੀ ਦੀ ਉਹ ਬਾਈ ਮੇਰੇ ਪਿੰਡ ਦੇ ਮੁੰਡੇ ਨੇ ਰਣਾ ਦੀ ਸਾਰੇ ਆ ਗਏ ਬਾਈ ਸਪੋਰਟਰ ਹੁਣ ਸਪੋਰਟਰ ਪਹੁੰਚੇ ਆ ਸਭ ਤੋਂ ਤਕੜਾ ਸਪੋਰਟਰ ਇੱਧਰ ਬੈਠਾ ਦਮਾ ਦਾ ਜੀ ਗਾਲਾਂ ਕੱਢਦਾ ਕਿੱਥੇ ਬਿਠਾਲਦਾ ਹੈ ਐਨਵੇਂ ਨਾ ਬਾਈ ਗਾਲਾਂ ਕੱਢ ਕੇ ਆਉਣਾ ਸੱਜਰੇ ਬੰਦੇ ਯਾ ਕੀ ਆਹ ਕੀ ਉਧਰ ਨੂੰ ਭੱਜ ਲੈਂਦੇ ਉਧਰ ਨੂੰ ਭੱਜ ਲੈਂਦੇ ਆ ਜਿਵੇਂ ਕਿ ਆ ਭਜਾਈ ਲਾਈ ਵੀ ਪਤਾ ਨਹੀਂ ਸਾਹਮਣੇ ਬਾਅਦ ਮੈਚ ਤਾਂ ਵੈਸੇ ਹਾਰ ਗਏ ਪਰ ਮਜ਼ਾ ਬੜਾ ਆਇਆ ਸਵਾਦ ਆਇਆ ਮੈਚ ਦੇਖਣਾ ਬਹੁਤ ਸਵਾਦ ਹੈ ਮੈਚ ਕਦੇ ਉੱਧਰ ਉਹਨਾਂ ਵੱਲ ਜਾਂਦਾ ਤਾ ਕਦੇ ਸਾਡੇ ਵੱਲ ਆਉਂਦਾ ਕਦੇ ਉਹਨਾਂ ਵੱਲ ਜਾਂਦਾ ਤਾ ਕਦੇ ਸਾਡੇ ਵੱਲ ਆਉਂਦਾ ਤਾ ਅਤੇ
ਜੋ ਆਪਾਂ ਨੇ ਕੁੜਤੇ ਪਜਾਮੇ ਦਿੱਤੇ ਤੇ ਨਾ ਸੌਣ ਵਾਸਤੇ ਉਹ ਲੇਟ ਚੱਲਿਆ ਮੈਂ ਉਹਨੂੰ ਫੋਨ ਕੀਤਾ ਸੀ ਮੈਂ ਕਿਹਾ ਵੀ ਕੱਲ ਨੂੰ ਲੈ ਜਾਵਾਂ ਕਹਿੰਦਾ ਕੱਲ ਨੂੰ ਨਹੀਂ ਲੈ ਕੇ ਜਾਵਾਂ ਕੱਲ ਨੂੰ ਜਿਹੜੀ ਉੱਥੇ ਲੇਬਰ ਹੁੰਦੀ ਨਾ ਉਹ ਨਹੀਂ ਮਿਲਦੀ ਹੈਗੀ ਪਰ ਜੇ ਕੋਈ ਕਿਆ ਕਹਿੰਦੇ ਹੁੰਦੇ ਵੀ ਕਿਆ ਕਹਿੰਦੇ ਜੇ ਟਾਇਟ ਹੋ ਖੁੱਲਾ ਕਰਾਉਣਾ ਜੇ ਖੁੱਲਾ ਜ਼ਿਆਦਾ ਟਾਇਟ ਕਰਾਉਣਾ ਫਿਰ ਉਹ ਲੇਬਰ ਕੱਲ ਨੂੰ ਮਿਲਦੀ ਹੈਗੀ ਅੱਜ ਤੁਸੀਂ ਪਾ ਕੇ ਆਪਣੇ ਚੈੱਕ ਕਰ ਲਓ ਇਸ ਕਰਕੇ ਫਿਰ ਚੱਲੇ ਹਾਂ ਅਤੇ ਨਿੰਮੇ ਨੇ ਮੱਝ ਚੋਣੀ ਅਤੇ ਫਿਰ ਉਹ ਪਿੰਡ ਵਾਲੇ ਮੁੰਡੇ ਨਾਲ ਕਿਸੇ ਨੂੰ ਭੇਜਿਆ ਇੱਦਾਂ ਹੋਇਆ ਚੱਕਰ ਨਹੀਂ ਵੈਸੇ ਪਹਿਲਾਂ ਸਾਡਾ ਪ੍ਰੋਗਰਾਮ ਬਣ ਗਿਆ ਤਾਂ ਮੈਂ ਯਾਰ ਮੈਚ ਦੇਖ ਕੇ ਚੱਲਦਾ ਮੈਚ ਤਾਂ ਜਾਣ ਲੱਗੇ ਕਰੀ ਜਦ ਇੱਕ ਦੋ ਚੌਕ ਛੱਕੇ ਵੱਜ ਕਰੇ ਜਾਣ ਲੱਗੇ ਚੌਕ ਛੱਕੇ ਵੱਜ ਕਰੇ ਬਸ ਇੱਦਾਂ ਸਵਾਦ ਜਿਹਾ ਆਉਂਦਾ 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 ਸਾਰਾ ਕੰਮ ਸਾਰਾ ਮੈਚ ਦੇਖ ਕੇ ਵੀ ਹਰ ਅੱਜ ਦੇਖ ਕੇ ਚਲੋ ਬਹੁਤ ਸੋਹਣਾ ਮੈਚ ਹੋਇਆ ਵੈਸੇ ਇਹ ਹੁੰਦਾ ਵੀ ਜਿੱਤ ਹਾਰ ਤਾਂ ਚਲੋ ਬਣੀ ਕਹਿੰਦਾ ਦੇਖਣ ਦਾ ਮੈਚ ਦਾ ਉਹ ਆਵੇ ਨਜ਼ਾਰਾ ਦੇਖਣ ਦਾ ਨਾ ਜਿੱਤ ਹਾਰ ਤਾਂ ਬਣੀ ਹੁੰਦੀ ਉਹ ਫਿਰ ਦੁਆਰੇ ਭੁੱਖ ਲੱਗ ਗਈ ਅੰਗੂਰ ਲੱਤੇ ਧੋਣ ਲੱਗੇ ਉਹਨਾਂ ਨੂੰ ਦਿਗਾੜ ਲਾਉਣ ਲੱਗੇ ਹੋਏ ਆ ਬਸ ਪਾਣੀ ਕੱਢਦੇ ਬਾਹਰ ਬਸ ਨਿਚੋੜਦੇ ਬਸ ਨਿਚੋੜਦੇ ਨਿਚੋੜਦੇ ਇੱਧਰ ਮੁੰਡਾ ਬੈਠਾ ਕੋਈ ਪਲਾਨ ਕਰ ਰਿਹਾ ਕਿਆ ਪਲਾਨ ਕਰ ਰਿਹਾ ਚੱਲ ਯਾਰ ਗਾੜਾ ਮੈਂ ਜਾਣਾ ਯਾਰ ਬਹੁਤ ਲੇਟ ਹੋ ਗਿਆ ਪੰਜ ਵੱਜ ਗਏ ਘਰਾਂ 'ਚ ਪਹੁੰਚਣਾ ਘਰ 'ਤੇ ਗਾਲਾਂ ਪੈ ਰਹੀਆਂ ਅੱਜ ਪੂਰੀਆਂ ਤੂੰ ਉੱਠ ਫਿਰ ਲੋਕ ਕਹਿੰਦੇ ਕੱਲ੍ਹ ਦੀ ਬੇਇੱਜ਼ਤੀ ਕਰਦਾ ਬੇਇੱਜ਼ਤੀ ਕਹਿੰਦੀ ਮੂੰਹ ਪਰ ਕਰੋ ਪਿੱਠ ਪਿੱਛੇ ਕਾਹਨੂੰ ਕਰਨੀ ਹੈ ਜੇ ਕਰਨੀ ਮੂੰਹ ਪਰ ਕਰੋ ਪਿੱਠ ਪਿੱਛੇ ਤਾਂ ਦੁਨੀਆ ਹੀ ਕਰਦੀ ਹੈ ਲੋਕਾਂ ਦੀ ਪਤਾ ਨਹੀਂ ਕਰਦੇ ਜੇ ਪੜਦੀ ਹੈ ਗਾਲੇ ਉਹ ਗਾਲੇ ਮੈਂ ਲੋਕਾਂ ਦੀ ਕਹਿੰਦੇ ਪੱਟਦੀ ਹੈ ਜਿਹੜੇ ਬੰਦੇ ਦੀ ਬੇਇੱਜ਼ਤੀ ਹੁੰਦੀ ਉਹ ਨਹੀਂ ਕੁਛ ਕਹਿੰਦਾ ਹੈਗਾ ਤੁਹਾਡੀ ਕਹਿੰਦੇ ਪੱਟਦੀ ਆ ਚੱਲ ਉੱਠ ਕਾਲੇ ਮੈਨੂੰ ਉਹਨਾਂ ਗੁੱਸਾ ਨਾ ਚੜਾ ਫਿਰ ਲੈ ਟਰਾਲਾ ਉਹ ਸਾਹਮਣੇ ਆਪਣਾ ਟਰਾਲਾ ਖੜਾ ਵਿੱਕੀ ਆ ਰਿਹਾ ਥੋੜ੍ਹਾ ਹਿਸਾਬ ਕਿਤਾਬ ਕਰਨਾ ਆ ਗਿਆ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੁਣ ਕਈ ਨੇ ਕਹਿਣਾ ਫੁਕਰੀ ਮਾਰਦੇ ਉਹ ਵੀਰੇ ਫੁਕਰੀ ਨੀ ਮਾਰਦੇ ਕੰਮ ਕਰਦੇ ਵੀਰੇ ਅਸੀਂ ਕੁਝ ਚੀਜ਼ਾਂ ਨਹੀਂ ਦਿਖਾ ਸਕਦੇ ਰਾਤ ਨੂੰ 12-12 ਵਜੇ ਤੱਕ ਸੜਕਾਂ ਪਰ ਘੁੰਮੀਦਾ ਫਿਰ ਵਿੱਚ ਵੀਡੀਓ ਵੀ ਬਣਾਈ ਦੀ ਪਰ ਹੁਣ ਦਿਖਾਵਾਂ ਕਦੇ ਵੀ ਕਿੱਦਾਂ ਸਾਰੀ ਗੇਮ ਚੱਲਦੀ ਹੈ ਕਿਆ ਪ੍ਰੋਸੈਸ ਹੈ ਠੀਕ ਹੈ ਉਹ ਚੀਜ਼ਾਂ ਅਸੀਂ ਨਹੀਂ ਸ਼ੇਅਰ ਕਰ ਸਕਦੇ ਉਹ ਫਿਰ ਕਿੱਦਾਂ ਸਮਝਾਵਾਂ ਯਾਰ ਹੁਣ ਇਹ ਵੀਰੇ ਕੋਈ ਫੁਕਰੇ ਪੜ੍ਹਾ ਨਹੀਂ ਹੈਗਾ ਕੰਮ ਹੈ ਇਹ ਦਿਨ ਰਾਤ ਇੱਕ ਕਰਿਆ ਪਿਆ ਠੀਕ ਹੈ ਵੀ ਕਾਲੇ ਸਿੰਘ ਬਾਕੀ ਆ ਮੁੰਡਾ ਬੜਾ ਸਾਰਾ ਬਿਜ਼ਨਸ ਬੜਾ ਸਾਂਭੀ ਬੈਠਾ ਇਹ ਭਰਾਵਾਂ ਦੇ ਸਿਰਾਂ ਪਰ ਐਸ਼ ਕਰੀਦੀ ਆ ਉਲਟਾ ਹੋਇਆ ਕਾਲੇ ਹੈ ਨਾ ਛੋਟੇ ਕਮਾ ਰਹੇ ਆ ਬੜੇ ਐਸ਼ ਕਰ ਰਹੇ ਆ ਆ ਗਏ ਬਾਈ ਸ਼ਿਮਲਾ ਟੇਲਰ ਕੋਲ ਅਤੇ ਆਪਣੇ ਕੱਪੜੇ ਲਿਆਏ ਵੀਰੇ ਦੋ ਪੈਂਟਾਂ ਨਾ ਦੋ ਕੁੜਤੇ ਪਜਾਮੇ ਅਤੇ ਇੱਕ ਪੈਂਟ ਦੇਖਾਂ ਵੀ ਟਰਾਈ ਕਰਕੇ ਚਲੋ ਠੀਕ ਹੈ ਦੇਖਦੇ ਹਾਂ ਜਿਹੜੀ ਪੱਗ ਚੱਕੋ ਬੰਨ ਲਓ ਅਸੀਂ ਮੈਨੂੰ ਬਹੁਤ ਸੋਹਣੀ ਫਿਟਿੰਗ ਲੱਗੀ ਆ ਬਹੁਤ ਸੋਹਣਾ ਖੜਨਾ ਤੁਹਾਨੂੰ ਦੱਸਿਆ ਕਿੰਨੇ ਦਾ ਬਣਿਆ ਇੱਕ ਇਹ ਇੱਕ ਬਣਿਆ 2500 ਦਾ ਦੋ ਬਣੇ ਤੁਸੀਂ ਆ ਵੇਲਾ ਦੋ ਬਣਾ ਕੇ ਲੈ ਕੇ ਆਇਆ ਮੈਂ ਅਤੇ ਹੁਣ ਮੈਂ ਦੂਜਾ ਪਾਉਂਦਾ ਤੁਸੀਂ ਅੰਤਰ ਤੁਸੀਂ ਨਾ ਕਮੈਂਟਾਂ 'ਚ ਦੱਸਣਾ ਵੀ ਦੋਨਾਂ 'ਚ ਡਿਫਰੈਂਟ ਕਿਆ ਲੱਗਿਆ ਤੁਹਾਨੂੰ ਵੀ ਕਿਹੜਾ ਸੋਹਣਾ ਲੱਗਿਆ ਅਤੇ ਕਿਹੜਾ ਖਰਾਬ ਲੱਗਿਆ ਦੋਨਾਂ 'ਚ ਕਿਆ ਅੰਤਰ ਲੱਗਿਆ ਹੁਣ ਮੈਂ ਦੂਜਾ ਪਾਉਂਦਾ ਲਓ ਜੀ ਆਹ ਦੂਜਾ ਪੈਸੇ ਤਾਂ ਲੱਗ ਗਏ ਪਰ ਕੱਪੜਾ ਹੀ ਬੜਾ ਕਮਾਲ ਦਾ ਖੜਮਾ ਖੜਮਾ ਜਿਹਦਾ ਨਾ ਵੀ ਉਹ ਸਖ਼ਤ ਜਿਹਾ ਕੱਪੜਾ ਇਹ ਉਹਨੇ ਕਹਿੰਦੇ ਇੱਦਾਂ ਖੜਮਾ ਜਿਹਾ ਰਹੂਗਾ ਅਤੇ ਹੁਣ ਆਪਾਂ ਵੀਡੀਓ ਕਰਦੇ ਹਾਂ ਬੰਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਬੰਦ ਹੋ ਗਈ ਸੀ ਮੇਰੀ ਗੱਲ ਯਾਦ ਆ ਗਈ ਕਹਿੰਦੇ ਨਹੀਂ ਹੁੰਦੇ ਆਹ ਪੱਲਾ ਕਹਿੰਦਾ ਪੱਲਾ ਚੱਕਿਆ ਢਿੱਡਾ ਬੜੀ ਨੰਗਾ ਹੁੰਦਾ ਇਹ ਨਾ ਕਰਨਾ ਨਹੀਂ ਹੈਗਾ ਇੱਦਾਂ ਕਹਿੰਦੇ ਹੁੰਦੇ ਆ ਪੱਲਾ ਚੱਕਿਆ ਢਿੱਡਾ ਬੜੀ ਨੰਗਾ ਹੁੰਦਾ ਨਾ ਬਈ ਨਾ 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 ਨਾ